ਆਹ ਦਿਨਾਂ 'ਚ ਜਿਹੜੇ ਬਾਬੇ ਜੇ ਮੰਗਦੇ ਫਿਰਦੇ ਹੁੰਦੇ ਨੇ ਵੀ ਇਹ ਵੀ ਪੱਟੂ ਬਾਹਲੇ ਤੇਜ਼ ਨੇ। ਇੱਕ ਮੈਨੂੰ ਟੱਕਰ ਗਿਆ ਉਹੀ ਗੱਲ ਇਹਨਾਂ ਦੀ, ਆ ਜਾ ਭਗਤਾ ਗੁਰ ਦੇ ਦੀਏ। ਮਹਾ ਯਾਰ ਪਹਿਲਾਂ ਤਾਂ ਸਾਰੀ ਉਮਰ ਹੋ ਗਈ ਸੁਣਦੇ ਨੂੰ, ਇਹਨਾਂ ਤੋਂ ਲੈ ਇਹਨਾਂ ਕੋਲੇ ਕੀ ਹੈ। ਜਦੋਂ ਬਗਲੀ ਜੀ ਖੋਲੀ ਭਰਾਵਾ, ਉਹ 'ਚ ਫੈਂਟੇ ਸ਼ਾਹੀ ਮਿਕਸਚਰ ਹੁਰੀ ਹਲਦੀ ਰਾਮ ਵਾਲੇ ਖੱਟੇ ਮੀਠੇ, ਉਹ ਮੈਂ ਕਿਹਾ ਪੱਟੂਆ ਇਹ ਬਗਲੀ ਆ ਕੇ ਤੇਰੀ ਡੀ ਮਾਰਟ ਹੋਏ, ਤੂੰ ਤਾਂ ਈਜੀ ਡੇ ਬਣਾਈ ਫਿਰਦਾ। ਮਗਰ ਉਹ ਜਮਾਂ ਸਿਰਾ ਤਾਂ ਉਹਨੇ ਉਦੋਂ ਕਰਤਾ ਜਦੋਂ ਸਾਬ ਆਫ ਦੀ ਡੇ ਇੱਕ ਰੋਲ ਜਾ ਲਪੇਟਿਆ ਸਾਬ ਵਾਲਾ ਸਾਈਡ ਤੇ ਕੀਤਾ। ਮੈਂ ਕਿਹਾ ਮਾੜਾ ਉੱਠ ਜਾ ਲੈ ਬਾਬਾ, ਨਹੀਂ ਤਾਂ ਆਊਟਲੈਟ ਹੀ ਆ। ਮੈਂ ਉੱਠਣ 'ਚ ਲੱਗਾ ਕਿ ਨਾ ਬਹਿ ਜਾ, ਮੈਂ ਕਿਹਾ ਤੂੰ ਤਾਂ ਐਂ ਮੀਲਾਂ ਲਈ ਫਿਰਦਾ ਜਿਵੇਂ ਸ਼ੇਰੂ ਕਲਾਸਿਕ ਲੜਨਾ ਹੁੰਦਾ। ਮੈਂ ਤੂੰ ਮੈਂ ਯਾਰ ਬਖਸ਼ ਮੈਨੂੰ, ਫਿਰ ਉਹੀ ਗੱਲ, ਅਰੇ ਕੁਛ ਤੋਂ ਦੇ ਜਾ ਕੁਛ ਤੋਂ। ਮੈਂ ਇਹਨਾਂ ਤੋਂ ਖਹਿੜਾ ਛੁਡਾਉਣ ਦਾ ਵਧੀਆ ਤਰੀਕਾ, ਮੈਂ ਕਿਹਾ ਬਾਬਾ ਮੇਰੇ ਕੋਲ ਕੈਸ਼ ਨਹੀਂ, ਮੈਨੂੰ ਬਖਸ਼ ਦੇ। ਮੇਰੇ ਮੂਹਰੇ ਬਾਹ ਕਰਤੀ, ਕਹਿੰਦਾ ਲਓ ਇਸ ਪੇ ਕਰਦੇ ਡੌਲੇ ਦੇ ਪੱਟੂ ਗੂਗਲ ਪੇ ਵਾਲਾ ਸਕੈਨਰ ਭਾਈ। ਫਿਰ ਉਹ ਸ਼ਾਹ ਕਾਲਾ ਰੰਗ ਉਹਦੇ ਤੇ ਕਾਲਾ ਕਿਊ ਆਰ ਕੋਡ। ਮੈਂ ਕਿਹਾ ਬਾਬਾ ਤੂੰ ਉਹੀ ਲੈ ਲਾ 5-10 ਜਿਹੜੇ ਲੈਣੇ ਆ, ਬੰਨੇ ਹੱਥ ਗੂਗਲ ਪੇ ਨਾ ਹੈਕ ਕਰਦੀ। ਉਹੀ ਬਾਬਾ 2 ਘੰਟੇ ਮਗਰੋਂ ਮੈਨੂੰ ਗੁਰਦੁਆਰੇ ਟੱਕਰ ਗਿਆ, ਲੰਗਰ ਛਕੀ ਜਾਵੇ ਮੇਰੇ ਮੂਹਰੇ ਬੈਠਾ। ਉਹਦੇ ਨਾਲ ਪਤੰਦਰ ਦੇ ਲੂੰਗੀ ਜੀ ਥੱਲੇ ਨੂੰ ਹੋਈ ਵੀ ਮਗਰੋਂ ਡੈਸ਼ਬੋਰਡ ਜਾ ਦਿਖੀ ਜਾਵੇ ਸਾਰਾ। ਮੈਂ ਇੱਕ ਸੱਚ ਸੋਚਾਂ ਮਨ 'ਚ, ਮੈਂ ਕਿਹਾ ਮਾੜਾ ਇੰਨਾ ਕਾਲਾ ਰੰਗ ਤਾਂ ਬੰਦੇ ਦਾ ਹੋ ਨਹੀਂ ਸਕਦਾ ਵੀ ਜਾਂਦਾ ਇਹਦੀ ਲੂੰਗੀ ਨੂੰ ਮਖਿਆਲ ਲੱਗਿਆ ਹੋਇਆ। ਚਲ ਜਦ ਨੂੰ ਉਹਨੇ ਥਾਲੀ ਚੱਕੀ ਜਮਾਂ ਕਲੀਅਰ ਹੀ ਹੋ ਗਿਆ, ਲੂੰਗੀ ਲੈਫਟ ਵਾਂਗੂ ਥੱਲੇ ਨੂੰ ਕੋਈ ਡੈਸ਼ਬੋਰਡ ਖਾਰਾ ਹੀ ਬਾਹਰ ਨੂੰ ਆ ਗਿਆ। ਮੈਂ ਕੋਲੇ ਜਾ ਕੇ ਮੈਂ ਕਿਹਾ ਬਾਬਾ ਊਂ ਤਾਂ ਤੂੰ ਇੰਨਾ ਅਪਡੇਟ ਆ, ਥੱਲੇ ਵੀ ਕੋਈ ਜੌਕੀ ਜੁੱਕੀ ਦੇ ਅੰਡਰ ਉੰਡਰ ਵੀਅਰ ਪਾ ਲਿਆ ਕਰ। ਕਹਿੰਦਾ ਨਹੀਂ 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 ਭਗਤਾ, ਇਹ ਬਾਬਾ ਕੋਈ ਸ਼ੋਭਾ ਨਹੀਂ ਦਿੰਦਾ। ਉਹ ਮੈਂ ਕਿਹਾ ਸ਼ੋਭਾ ਤਾਂ ਠੀਕ ਆ, ਮਗਰੋਂ ਚਾਹ ਘੁੜ ਜਾ ਤੇਰਾ ਸਾਰਾ ਦਿੰਦਾ। ਕਹਿੰਦਾ ਚਾਹ ਗੁੜ? ਮੈਂ ਕਿਹਾ ਕੱਲੀ ਚਾਹ ਹੀ ਮੰਨ, ਤੂੰ ਫੀਲਿੰਗਾਂ ਦੁੱਧ ਪੱਤੀ ਵਾਲੀਆਂ ਲੈਣਾ।